ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਚਿਹਰੇ ਨੂੰ ਜਿਹੜੇ ਤੁਸੀਂ ਦੇਖ ਕੇ ਹਟੇ ਹੋ ਸਕਰੀਨ 'ਤੇ, ਉਹਦਾ ਨਾਂ ਓਂਕਾਰ ਆ ਅਤੇ ਏਕਮ ਆ, ਇੱਕ ਓਂਕਾਰ ਦੋਨੋਂ ਬੱਚਿਆਂ ਦਾ ਨਾਂ ਆ। ਏਕਮ ਤੁਸੀਂ ਦੇਖਿਆ ਸੀਗਾ ਪਿਛਲੇ ਵਾਰ ਵੀ, ਸਾਲ ਡੇਢ ਸਾਲ ਪਹਿਲਾਂ ਵੀ ਤੁਸੀਂ ਇਹਨਾਂ ਦੇ ਪਰਿਵਾਰ ਦੀ ਸਾਰੀ ਹਿਸਟਰੀ ਤੋਂ ਵਾਕਫ ਹੋ। ਇਹ ਖਾਲਸਾ ਜੀ ਬੈਠੇ ਨੇ, ਭਾਈ ਹਰਜਿੰਦਰ ਸਿੰਘ ਜੀ, ਅਤੇ ਨਾਲੇ ਮਾਤਾ ਜੀ ਬੈਠੇ ਨੇ, ਇਹ ਸਾਡੀ ਭੈਣ ਬੈਠੀ ਹੈ ਪ੍ਰੀਤੀ। ਇਹ ਭੈਣ ਫਿਜ਼ੀਕਲ ਡਿਸੇਬਲ ਆ, ਇਹਦੀਆਂ ਦੋਨੋਂ ਲੱਤਾਂ ਹੈ ਨਹੀਂ ਗੀਆਂ, ਜਨਮ ਤੋਂ ਹੈ ਨਹੀਂ ਪ੍ਰੀਤੀ। ਫੋੜੀ ਦੇ ਨਾਲ ਹੀ ਚੱਲਦੇ ਨੇ। ਤੇ ਏਕਮ ਨੇ ਜਦੋਂ ਜਨਮ ਲਿਆ ਸੀ ਉਦੋਂ ਇਹ ਸਾਡੇ ਪਰਿਵਾਰ ਲਿੰਕ ਚ ਆਇਆ ਸੀ। ਉਸ ਟਾਈਮ ਸਾਨੂੰ ਪਤਾ ਲੱਗਿਆ ਸੀ ਵੀ ਇਹ ਪਰਿਵਾਰ ਬੜੇ ਮਾੜੇ ਸਮੇਂ ਚੋਂ ਨਿਕਲ ਰਿਹਾ, ਇਲਾਜ ਲਈ ਵੀ ਪੈਸੇ ਨਹੀਂ ਗਏ। ਉਸ ਟਾਈਮ ਬੱਚੀ ਦੇ ਜਨਮ ਵਾਸਤੇ ਨੂੰ ਐਡਮਿਟ ਕਰਾਉਣਾ ਸੀ ਹੋਸਪਿਟਲ ਦੇ ਵਿੱਚ, ਡਾਕਟਰ ਨੇ ਬੜੀਆਂ ਕੰਪਲੀਕੇਸ਼ਨ ਦੱਸੀਆਂ ਸੀਗੀਆਂ ਵੀ ਜਿਹੜੀਆਂ ਪ੍ਰੀਤੀ ਭੈਣ ਨੂੰ ਜਨਮ ਦੇ ਸਮੇਂ ਆਉਣ ਵਾਲੀਆਂ ਦਿੱਕਤਾਂ ਦੇ ਬਾਰੇ ਦੱਸਿਆ ਸੀਗਾ। ਅਤੇ ਉਸ ਸਮੇਂ ਸਾਨੂੰ ਜਦੋਂ ਪਤਾ ਲੱਗਿਆ ਵੀ ਇੱਕ ਅਪਾਹਜ ਕਪਲ ਆ, ਇੱਕ ਜੋੜਾ ਜਿਹੜਾ ਆਪਣੇ ਪਰਿਵਾਰ ਨੂੰ ਅੱਗੇ ਵਧਾਉਣਾ ਚਾਹੁੰਦਾ, ਅਤੇ ਸਮਾਜ ਸਾਡਾ ਤੁਹਾਨੂੰ ਪਤਾ ਚਲੋ ਆਪਣੀ ਰੋਜ਼ੀ ਰੋਟੀ ਚਲਾਉਣ ਦੀ ਖਾਤਰ ਆਟੋ ਲਿਆ, ਇਹਨਾਂ ਨੂੰ ਇੰਸਟਾਲਮੈਂਟ ਦੇ ਉੱਪਰ ਕਿਸ਼ਤਾਂ ਦੇ ਉੱਪਰ ਇਹਨਾਂ ਨੇ ਆਟੋ ਲਿਆ, ਆਪਣੀ ਰੋਜ਼ੀ ਰੋਟੀ ਕਮਾਉਣ ਲੱਗ ਗਿਆ ਸੀ ਵੀਰ ਇਹ। ਪਰ ਉਸ ਤੋਂ ਬਾਅਦ ਕਿਤੇ ਰੱਬ ਦਾ ਵੀ ਜਦੋਂ ਬੈਰ ਹੁੰਦਾ ਫਿਰ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸਿਓਂ ਕਿੱਧਰੋਂ ਕੀ ਹੋ ਜਾਣਾ। ਫਿਰ ਹਰਜਿੰਦਰ ਸਿੰਘ ਜੀ 'ਤੇ ਇੱਕ ਭੀੜ ਪਈ, ਇਹਦਾ ਲੰਗਸ ਸੀ ਜਿਹੜਾ ਫੇਫੜਾ ਸੀ ਇੱਕ ਗਲ ਗਿਆ ਸੀਗਾ, ਉਹ ਫੇਫੜਾ ਸਾਰਾ ਆਪਰੇਟ ਕਰਕੇ ਕੱਢਣਾ ਪਿਆ, ਉਹ ਪੀਸ ਉਹਨਾਂ ਉਹਦਾ ਬੜਾ ਕੇਸ 'ਚ ਇਹਦੀ ਪ੍ਰੋਬਲਮ ਆਈ ਹਰਜਿੰਦਰ ਸਿੰਘ ਜੀ ਦੀ। ਫਿਰ ਮਹਾਰਾਜ ਨੇ ਕਿਰਪਾ ਕਰੀ, ਸੱਚੇ ਪਾਤਸ਼ਾਹ ਨੇ ਇਸ ਏਕਮ ਦੀ ਜ਼ਿੰਦਗੀ ਵਾਸਤੇ, ਸੱਚੇ ਪਾਤਸ਼ਾਹ ਨੇ ਇਸ ਬੱਚੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਿਆ ਅਤੇ ਹਰਜਿੰਦਰ ਸਿੰਘ ਜੀ ਠੀਕ ਹੋ ਗਏ। ਅਤੇ ਫਿਰ ਹੁਣ ਇੱਕ ਬੱਚੀ ਹੁਣ ਹੋਰ ਘਰ ਦੇ ਵਿੱਚ, ਸਵਾ ਮਹੀਨੇ ਦੀ ਹੋ ਗਈ ਹੈ ਕਰੀਬ ਇਹ ਜਨਮ ਲਿਆ ਓਂਕਾਰ ਨੇ। ਅਤੇ ਹੁਣ ਇਹ ਪਰਿਵਾਰ ਦੀਆਂ ਦੋ ਬੱਚੀਆਂ ਦੇ ਨਾਲ, ਇਹ ਫਿਜ਼ੀਕਲ ਡਿਸੇਬਲ ਪਰਿਵਾਰ ਆਪਣੀ ਬੱਚੀਆਂ ਦੀ ਪਰਵਰਿਸ਼ ਕਰ ਰਿਹਾ। ਬਹੁਤ ਸਾਲਾਂ ਤੋਂ ਠੀਕ ਨਹੀਂ ਹੋ ਰਹੇ ਉਹ, ਪਰ ਫਿਰ ਵੀ ਇਹਨੇ ਡਿਸੀਜਨ ਲਿਆ ਵੀ ਮੈਂ ਜ਼ਿੰਦਗੀ ਹੈ ਜਿਹੜੀ ਅੱਗੇ ਵਧਾਉਣੀ ਆ, ਅਤੇ ਬੱਚੀਆਂ ਨੂੰ ਆਪਣੀਆਂ ਨੂੰ ਮੈਂ ਚੰਗੀ ਜ਼ਿੰਦਗੀ ਦੇਣਾ ਚਾਹੁੰਦੀ ਹਾਂ। ਅਤੇ ਅੱਜ ਨਵੇਂ ਸਾਲ 'ਤੇ ਸਾਡੇ ਕੋਲ ਆਏ ਸੀ, ਤੁਹਾਨੂੰ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਬੇਨਤੀ ਕਰਦੇ ਹਾਂ ਇਸ ਪਰਿਵਾਰ ਵਾਸਤੇ ਵੀ ਅਰਦਾਸ ਕਰਿਓ ਨਵੇਂ ਸਾਲ 'ਤੇ, ਤਾਂ ਜੋ ਇਹ ਤੰਦਰੁਸਤੀ ਬਣੀ ਰਹੇ ਇਹਨਾਂ ਦੀ, ਬੱਚਿਆਂ 'ਤੇ ਮਿਹਰ ਭਰੇ ਹੱਥ ਰੱਖਣ ਸੱਚੇ ਪਾਤਸ਼ਾਹ ਏਕਮ ਅਤੇ ਓਂਕਾਰ ਦੇ ਉੱਪਰ, ਅਤੇ ਖਾਲਸਾ ਜੀ ਅਤੇ ਪ੍ਰੀਤੀ ਦੇ ਇਹਦੇ 'ਤੇ ਕੋਈ ਮਿਹਰ ਭਰੇ ਹੱਥ ਰੱਖਣੇ। ਪਰਿਵਾਰ ਖੁਸ਼ੀਆਂ ਨਾਲ ਤੰਦਰੁਸਤੀ ਭਰੀ ਜ਼ਿੰਦਗੀ ਜਿਉਵੇ, ਲੰਬੀ ਜ਼ਿੰਦਗੀ ਜਿਉਵੇ, ਜਾਂ ਜਿੰਨੀ ਸਭ ਤੋਂ ਮਦਦ ਹੋ ਸਕਦੀ ਹੁੰਦੀ ਹੈ ਅਸੀਂ ਹਰ ਸਮੇਂ ਦੇ ਸਮੇਂ ਕਰਦੇ ਰਹਿੰਦੇ ਹਾਂ, ਚਾਹੇ ਉਹ ਰਾਸ਼ਨ ਦੇ ਵਿੱਚ ਆ, ਚਾਹੇ ਘਰ ਦੇ ਇਲਾਜ, ਇਹਨਾਂ ਦੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਘਰ 'ਚ। ਮਾਤਾ ਜੀ ਬਹੁਤ ਬਿਮਾਰ ਹੋ ਗਏ ਸੀ ਪਿੱਛੇ ਜੇ, ਇਹਨਾਂ ਦਾ ਵੀ ਟ੍ਰੀਟਮੈਂਟ ਇੱਥੇ ਹੀ ਚੱਲਿਆ ਦੀਪਕ ਦੇ ਵਿੱਚ ਹੀ। ਇਹਨਾਂ ਕਿ ਹਰ ਤਰ੍ਹਾਂ ਦੀ ਜਿੰਨੀ ਮਹਾਰਾਜ ਸਭ ਤੋਂ ਸੇਵਾ ਲੈਂਦੇ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਹਾਡੇ ਆਸ ਪਾਸ ਵੀ ਜੇ ਕੋਈ ਇੱਦਾਂ ਦਾ ਪਰਿਵਾਰ ਹੁੰਦਾ ਜਿਹੜਾ ਲੋੜਵੰਦ ਆ, ਜਿਹਦੀ ਬਾਂਹ ਫੜਨ ਦਾ ਸਾਡਾ ਹੱਕ ਬਣਦਾ ਵੀ ਅਸੀਂ ਉਹਦੀ ਬਾਂਹ ਫੜੀਏ, ਜੇ ਕੋਈ ਡਿੱਗਦਾ ਵਾ ਤਾਂ ਉਹਨੂੰ ਉੱਠ ਕੇ ਖੜਾ ਹੋਣ ਦੇ ਵਿੱਚ ਅਸੀਂ ਉਹਦਾ ਸਾਥ ਦੇਈਏ, ਤਾਂ ਤੁਸੀਂ ਵੀ ਜ਼ਰੂਰ ਸਹਿਯੋਗ ਦਿਆ ਕਰੋ। ਜੇ ਇੱਕ ਪਰਿਵਾਰ, ਇੱਕ ਫਿਜ਼ੀਕਲ ਡਿਸੇਬਲ ਹਸਬੈਂਡ ਵਾਈਫ ਨੇ ਡਿਸੀਜਨ ਲਿਆ ਜ਼ਿੰਦਗੀ ਅੱਗੇ ਲੈ ਕੇ ਜਾਣ ਦਾ, ਤਾਂ ਸਾਡਾ ਹੱਕ ਬਣਦਾ ਵੀ ਅਸੀਂ ਉਹਨਾਂ ਦੀ ਮਦਦ ਕਰੀਏ। ਬਾਕੀ ਖਾਲਸਾ ਜੀ ਹੋਣੀ ਮਹਾਰਾਜ ਦੀ ਕਿਰਪਾ ਨਾਲ ਅੱਗੇ ਨਾਲ ਠੀਕ ਆ ਜੀ। ਖਾਲਸਾ ਜੀ ਠੀਕ ਹੋਣ ਤੁਸੀਂ ਚਲੋ ਬਾਬਾ ਉਹਦੀ ਕਿਰਪਾ ਹੋਣੀ ਚਾਹੀਦੀ ਹੈ ਜੀ। ਉਸ ਟਾਈਮ ਤਾਂ ਹਾਲਾਤ ਇਹ ਸੀ ਵੀ ਆਪਣਾ ਕੁਛ ਵੀ ਹੋ ਸਕਦਾ। ਧਿਆਨ ਰੱਖਣਾ ਤਾਂ ਹੈ ਨਾ, ਇਨਫੈਕਸ਼ਨ ਵਗੈਰਾ ਨਾ ਹੋਵੇ। ਪਤਾ ਕਿ ਉਹ ਕਿੰਨੀ ਬਿਮਾਰ ਹੋ ਗਈ ਸੀ ਇੱਕ ਮਨ। ਅਰਦਾਸ ਕਰੀਏ ਇਸ ਪਰਿਵਾਰ ਵਾਸਤੇ, 100% ਡਿਸੇਬਲ ਆ ਪਰਿਵਾਰ, ਹਸਬੈਂਡ ਵੀ ਅਤੇ ਵਾਈਫ ਵੀ, ਫਿਰ ਵੀ ਆਪਣੀਆਂ ਦੋ ਬੱਚੀਆਂ ਨੂੰ ਪਾਲ ਰਹੇ ਆ। ਉਹਦੀ ਇੱਕ ਐਗਜ਼ਾਮਪਲ ਏਕਮ, ਸਾਡੇ ਏਕਮ ਇੱਧਰ ਦੇਖ ਪੁੱਤ, ਹਾਂ ਏਕਮ ਦੇਖੋ ਕਿੰਨੀ ਇੱਧਰ ਦੇਖੀ ਪੁੱਤ, ਆ ਲੈ ਫੜਾ ਹੋਰ ਲੈ ਲਾ, ਹੋਰ ਲੈਣੀ ਆ, ਆ ਲੈ
ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦਾ ਅਸਰ ਹੈ ਜੀ ਤੁਹਾਡੀਆਂ ਦੁਆਵਾਂ ਦਾ ਇਹ ਅਸਰ ਹੈ ਜੀ ਜਿਹੜਾ ਦੇਖੋ ਇਹ ਪਰਿਵਾਰ ਸਰਵਾਈਵ ਕਰ ਗਿਆ ਤੇ ਨਹੀਂ ਤਾਂ ਹਾਲਾਤ ਇੱਦਾਂ ਦੇ ਸੀਗੇ ਜਿਵੇਂ ਤੁਹਾਨੂੰ ਦੱਸਿਆ ਵੀ ਹਰੇਕ ਪਰਿਵਾਰ ਦੇ ਮੈਂਬਰ ਤੇ ਮੌਤ ਇੱਦਾਂ ਆਈ ਹਰ ਤਰੀਕੇ ਨਾਲ ਘੇਰਿਆ ਉਹਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਤੁਹਾਡੀਆਂ ਦੁਆਵਾਂ ਨੇ ਪਰਿਵਾਰ ਨੂੰ ਦੁਬਾਰਾ ਫਿਰ ਜਿਉਂਦਿਆਂ ਨਿਕਾਲਿਆ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ 15 ਮਿੰਟ ਤੱਕ ਅਸੀਂ ਦੁਬਾਰਾ ਲਾਈਵ ਹੋਣਾ ਜੀ ਸਾਰਿਆਂ ਨੂੰ ਬੇਨਤੀ ਆ ਜ਼ਰੂਰ ਜੁੜਿਓ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਨਵੇਂ ਸਾਲ ਦੀਆਂ ਤੁਹਾਡੇ ਨਾਲ ਕੁਛ ਅਗਲੀਆਂ ਜ਼ਿੰਦਗੀ ਦੀਆਂ ਕੁਛ ਜ਼ਰੂਰਤਮੰਦੀਆਂ ਤੁਹਾਡੇ ਨਾਲ ਕਰਨੀਆਂ ਜੀ ਪਾਤਸ਼ਾਹ ਤੁਹਾਡੇ 'ਤੇ ਮਿਹਰ ਭਰੇ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।